शरणी पाइए सर्व सुखा का दाता सतगुरु ताके शरणी पाइए सर्व सुखा का दाता सतगुरु ताके शरणी पाइए दर्शन भेट होत आनंद पीवो पाई हर रस पीवो पाई हर रस हर रस पीवो पाई हर रस पीवो भाई 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 हर रस पीवो पाई 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 हर रस
नाम जपो नाम आराधो नाम जपो नाम आराधो गुरुपुरे की शरणा वाहिगुरु 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 वाहे गुरु वाहे
नाम जपो नामो मरादो गुरपुरे की शरणाई तिसे प्राप्त जिस तुर लिखिया सोई पूरन पाई नानक की बेनंती हर पे प्रभ जी नाम रहा निवलय सर्व सुख का दाता सतगुरु ताके शरणी पाई सर्व सुख का दाता ਗੁਰਸੰਗਤਾਂ ਦਾ ਸਹਿਯੋਗ ਦੇਣ ਲਈ ਪ੍ਰਬੰਧਕ ਵੀਰਾਂ ਨੂੰ ਹੋਰ ਸਤਿਗੁਰੂ ਚਾਓ ਉਪਰਾਲੇ ਬਖਸ਼ਿਸ਼ ਕਰਨ ਫੁੱਲਾਂ ਚੁੱਕਾਂ ਦੀਆਂ ਹੋਈਆਂ ਹਨ ਅਨੰਤ ਫੁੱਲਾਂ ਖਿਮਾ ਕਰਕੇ ਅਸੀਸ ਬਖਸ਼ਿਸ਼ ਕਰਨੀ ਦੇਹੋ ਸੱਜਣ ਅਸੀਸੜੀਆਂ ਕਿਉਂ ਹੋਵੇ ਸਾਹਿਬ ਸਿਉਂਦੇ ਸਾਨੂੰ ਸਭ ਨੂੰ ਇੱਕ ਦੂਜੇ ਨੂੰ ਅਸੀਸੜੀਆਂ ਇਹੀ ਦੇ ਸਕਦੇ ਹਾਂ ਕਿਉਂਕਿ ਸਭ ਨੇ ਹੀ ਮਿਲਣਾ ਹੈ ਸਭ ਨੂੰ ਹੀ ਪਾਉਣ ਦੀ ਆਸਾ ਹੈ ਸਭ ਨੂੰ ਹੀ ਪਾਉਣ ਦੀ ਜ਼ਰੂਰਤ ਹੈ ਗੁਰੂ ਕਿਰਪਾ ਕਰੇ ਤਾਂ ਇਹ ਹੋ ਸਕਣ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਦਵਾਪੇ ਮੇਲੇ ਅਗਲਾ ਪ੍ਰੋਗਰਾਮ ਪਿਆਰ ਸਤਿਕਾਰ ਨਾਲ ਸਰਵਣ ਕਰੋ ਜੀ ਅਸੀਸ ਬਖਸ਼ਿਸ਼ ਕਰਦੇ ਹੋਏ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਪਿਆਰੀ ਗੋਦ ਵਿੱਚ ਬੈਠੀ ਸਾਧ ਸੰਗਤ ਜੀ ਇਹ ਸਨ ਭਾਈ ਸਾਹਿਬ ਭਾਈ ਨਿਰੰਜਨ ਸਿੰਘ ਜੀ ਜਵੰਦੀ ਕਲਾ ਵਾਲੇ ਬੜੇ ਹੀ ਮਿੱਠੇ ਰਸ ਭਿੰਨੇ ਗੁਰਬਾਣੀ ਕੀਰਤਨ ਨਾਲ ਆਪ ਸੰਗਤ ਨੂੰ ਨਿਹਾਲ ਕਰ ਰਹੇ ਸੀਗੇ ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਇਹਨਾਂ ਦੇ ਉੱਤੇ ਹੈ ਚੰਡੀਗੜ੍ਹ ਦੀ ਸੰਗਤ ਨੂੰ ਬੜੇ ਹੀ ਸਮੇਂ ਬਾਅਦ ਇਹਨਾਂ ਨੇ ਸਮਾਂ ਦਿੱਤਾ ਹੈ ਆਪ ਸੰਗਤਾਂ ਦੇ ਦਰਸ਼ਨ ਕਰਨ ਉਚੇਜੇ ਤੌਰ 'ਤੇ ਆਏ ਹਨ ਅਸੀਂ ਇਹਨਾਂ ਦੇ ਬੜੇ ਧੰਨਵਾਦੀ ਹਾਂ ਅਸੀਂ ਇਹਨਾਂ ਨਾਲ ਗੁਜ਼ਾਰਿਸ਼ ਕਰਾਂਗੇ ਜੇ ਕਦੇ ਵੀ ਇਹ ਅੱਗੇ ਨੂੰ ਵੀ ਹਿੰਦੁਸਤਾਨ ਦੇ ਵਿੱਚ ਹੋਣ ਸੰਗਤਾਂ ਨੂੰ ਇਸੇ ਤਰੀਕੇ ਨਾਲ ਆਪ ਗੁਰਬਾਣੀ ਕੀਰਤਨ ਨਾਲ ਨਿਹਾਰ ਕਰਨ ਦੀ ਕਿਰਪਾਲਤਾ ਕਰਨ ਹੁਣ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਮਾਤਾ ਕੌਲਾਹੀ ਟਰੱਸਟ ਵਾਲੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਪੁੱਛ ਚੁੱਕੇ ਹਨ ਆਪ ਸੰਗਤਾਂ ਦੇ ਦਰਸ਼ਨ ਇਹਨਾਂ ਦੀ ਅੱਗੇ ਵੀ ਇਹਨਾਂ ਨੇ ਜਾਣਾ ਹੈ ਸਮਾਂ ਅੱਗੇ ਦਾ ਵੀ ਕਾਲਕਾ ਦੇ ਵਿੱਚ ਦਿੱਤਾ ਹੋਇਆ ਹੈ ਜੋ ਸਹੀ ਸਮਾਂ ਸਮਝਣ ਆਪ ਹਾਜ਼ਰੀ ਭਰਨ ਇਸੇ ਤਰੀਕੇ ਨਾਲ ਹੋਰ ਗੁਰਬਾਣੀ ਕੀਰਤਨ ਦਾ ਪ੍ਰਵਾਹ ਲਗਾਤਾਰ ਚੰਡੀਗੜ੍ਹ ਵਿੱਚ ਚੱਲਦਾ ਆ ਰਿਹਾ ਹੈ ਕੱਲ੍ਹ ਨੂੰ ਵੀ ਮੋਹਾਲੀ ਗੁਰਦੁਆਰਾ ਸਾਚਾ ਧੰਨ ਵਿਖੇ 3B1 ਵਿੱਚ ਗੁਰਬਾਣੀ ਕੀਰਤਨ ਹੋਣੇ ਹਨ ਜਿਸ ਵਿੱਚ ਹਜ਼ੂਰੀ ਰਾਗੀ ਭਾਈ ਸ਼੍ਰੀ ਦਰਬਾਰ ਸਾਹਿਬ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਭਾਈ ਬਖਸ਼ੀਸ਼ ਸਿੰਘ ਜੀ ਅਤੇ ਪੌਂਟਾ ਸਾਹਿਬ ਵਾਲੇ ਭਾਈ ਜਸਵੀਰ ਸਿੰਘ ਜੀ ਹਾਜ਼ਰੀ ਭਰਨਗੇ ਅਤੇ ਭਾਈ ਸਾਹਿਬ ਭਾਈ ਗੁਰਬਾਲ ਗੁਰਇਕਬਾਲ ਸਿੰਘ ਜੀ ਨੇ ਬਈ ਉੱਥੇ ਹਾਜ਼ਰੀ ਭਰਨੀ ਹਨ ਆਪ ਸੰਗਤਾਂ ਨੇ ਉੱਥੇ ਵੀ ਦਰਸ਼ਨ ਦੀਦਾਰੇ ਕਰਨੇ ਹਨ 26 ਅਤੇ 28 ਤਰੀਕ ਨੂੰ ਗੁਰਦੁਆਰਾ ਸੈਕਟਰ 22 ਵਿਖੇ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਖਾਲਸਾ ਗੁਰਬਾਣੀ ਕਥਾ ਨਾਲ ਆਪ ਸੰਗਤਾਂ ਨੂੰ ਨਿਹਾਲ ਕਰਨਗੇ ਸਮੂਹ ਸੰਗਤ ਅੱਗੇ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਉੱਥੇ ਹਾਜ਼ਰੀਆਂ ਭਰ ਕੇ ਵੀ ਉੱਥੇ ਵੀ ਹਾਜ਼ਰੀ ਭਰ ਕੇ ਕਿਰਪਾ ਕਰਨੀ ਅਤੇ ਇਸੇ ਤਰੀਕੇ ਨਾਲ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਖਾਲਸਾ ਨੇ 24 ਜੁਲਾਈ ਤੋਂ ਲੈ ਕੇ 31 ਜੁਲਾਈ ਤੱਕ ਸਵੇਰੇ ਦੀ ਹਾਜ਼ਰੀ ਜੋ ਹੈ ਉਹ ਗੁਰਦੁਆਰਾ ਸੈਕਟਰ 34 ਵਿਖੇ ਭਰਨੀ ਹੈ ਆਪ ਸੰਗਤਾਂ ਦੇ ਅੱਗੇ ਬੇਨਤੀ ਹੈ ਆਪ ਗੁਰਬਾਣੀ ਦੇ ਇਲਾਹਾ ਇਸੇ ਤਰੀਕੇ ਨਾਲ ਖੜ ਕੇ ਗੁਰੂ ਕਰਨਾ ਦੇ ਖੁਸ਼ੀਆਂ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ